वेलकम बैक। जिनी बेसब्री नाल मैनू इंतजार सी कि मैं जल्दी जल्दी वापस आवां ते थोड़े नाल गल्लां करां। उस तो 10,000 गुणा ज्यादा, नहीं 10,000 तो ज्यादा हो गया, उस तो दुगनी बेसब्री दे नाल बहुत ही मन्ने पर मन्ने 25 साल पहला जमे। नहीं यार इहदा स्वाद नहीं होना जे तुहानू मैं नाम दसता, तुसीं मेरे नाल आओ मैं तुहानू मिलाउणा। ਇਹ ਨੇ ਜੀ ਜਗਾੜੀ ਜੱਟ ਜੋ ਤੁਹਾਡਾ ਸਾਰਿਆਂ ਦਾ ਬਹੁਤ ਬੇਸਬਰੀ ਦੇ ਨਾਲ ਕਰ ਰਹੇ ਸੀ ਇੰਤਜ਼ਾਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ। ਪਹਿਲੀ ਵਾਰ ਨਾ ਨੈਕਸਟ ਸੈਸ਼ਨ ਦੇ ਟੈਸਟ ਦੇ ਪੈਕ ਚ ਭਾਜੀ ਵੈਲਕਮ। ਥੈਂਕ ਯੂ ਜੀ। ਕਿੱਦਾਂ ਭਾਜੀ? ਬਹੁਤ ਵਧੀਆ ਜੀ। ਐਂਡ ਕੰਗ੍ਰੈਚੁਲੇਸ਼ਨ, ਮੈਨੂੰ ਦਿਲੋਂ ਬਹੁਤ ਖੁਸ਼ੀ ਹੈ ਭਾਜੀ, ਤੁਸੀਂ ਬਹੁਤ ਮਿਹਨਤ ਕੀਤੀ ਐਂਡ ਫਾਈਨਲੀ ਤੁਸੀਂ ਇਸ ਮੁਕਾਮ ਤੇ ਪਹੁੰਚ ਗਏ। ਥੈਂਕ ਯੂ। ਕਈ ਮਿਹਨਤ, ਬਸ ਮਿਹਨਤ ਆ ਜੀ, ਉਸ ਰੱਬ ਦਾ ਆਸ਼ੀਰਵਾਦ ਤੇ ਸਾਰੇ ਯਾਰਾਂ ਦੋਸਤਾਂ ਦਾ ਪਿਆਰ ਜੀ। ਪਰ ਕਈ ਸੋਚਦੇ ਨੇ ਕਿ ਭਾਜੀ ਦੇ 2-3 ਗਾਣੇ ਆ ਇਹ ਹਨਾ ਪਿਛਲੇ ਸਾਲ ਦੇ ਵਿੱਚ ਤੇ ਇਸ ਸਾਲ ਦੇ ਵਿੱਚ ਤੇ ਭਾਜੀ ਸਟਾਰ ਬਣ ਗਏ, ਪਰ ਇਹ ਨਹੀਂ ਪਤਾ ਕਿ 6 ਸਾਲ ਹੋ ਗਏ ਨੇ। 6 ਸਾਲ ਹੋ ਗਏ ਜੀ ਸਟਰਗਲ ਕਰਦੇ ਨੂੰ, ਬਹੁਤ ਟਾਈਮ ਹੋ ਗਿਆ ਸੀ ਜੀ ਤੇ ਗਾਣੇ ਤਾਂ ਹੋਣ ਆਏ ਆ ਜਾ ਕੇ ਤੇ ਬਹੁਤ ਕੁਝ ਵੇਖਿਆ ਇੰਡਸਟਰੀ, ਬਹੁਤ ਕੁਝ ਸਿੱਖਣ ਨੂੰ ਮਿਲਿਆ, ਫਿਰ ਕਿਤੇ ਮਣੀ ਪਹਿਲਵਾਨ ਮਨਕਿਰਤ ਔਲਖ ਬਣ ਕੇ ਇੰਡਸਟਰੀ 'ਚ ਆਇਆ। ਅੱਛਾ ਮਣੀ ਪਹਿਲਵਾਨ ਤੋਂ ਕੋਈ ਸੋਚਦੇ ਹੋਣੇ ਕਿ ਪੈਸਿਆਂ ਦੀ ਗੱਲ ਕੀਤੀ, ਮਣੀ ਪਹਿਲਵਾਨ ਇਹ ਪਹਿਲਾਂ ਪਹਿਲਵਾਨਾਂ ਵਾਂਗੂ ਰੱਖਦੇ ਸੀ 118 ਕਿਲੋ ਦੇ ਸੀ, ਐਮ ਆਈ ਰਾਈਟ? ਕਿ 118 ਤੋਂ ਫਿਰ ਭਾਈ ਨੇ ਲੂਜ਼ ਕੀਤਾ, ਲੂਜ਼ ਕਰਕੇ ਫਾਈਨਲੀ ਇੱਥੇ ਪਹੁੰਚ ਗਿਆ ਨਾ। ਤੇ ਕਹਿੰਦੇ ਨੇ ਭਾਈ ਪਹਿਲਾਂ ਤੁਸੀਂ ਗਾਣਾ ਕੀਤਾ ਸੀ ਇੱਕ ਹਨਾ ਕਾਕਾ ਜੀ, ਸ਼ਹਿਰ ਕਾਕਾ ਜੀ ਨੂੰ ਫਿਰਦੀ ਪੁਲਿਸ ਲੱਭਦੀ ਹੈ, ਤੇ ਭਾਈ ਦਾ ਗਾਣਾ ਠੀਕ ਠਾਕ ਜਿਹਾ ਚੱਲਿਆ, ਇੰਨਾ ਚੱਲਿਆ ਨਹੀਂ, ਫੇਸ ਵੈਲਿਊ ਨਹੀਂ ਬਣੀ। ਉਸ ਤੋਂ ਬਾਅਦ ਭਾਈ ਕਿੱਦਾਂ ਬਣੀ ਫੇਸ ਵੈਲਿਊ ਭਾਈ? ਉਦੋਂ ਗਾਣਾ ਥੋੜਾ ਬਹੁਤਾ ਚੱਲ ਗਿਆ ਸੀ ਤੇ ਮੈਨੂੰ ਖੁਸ਼ੀ ਹੁੰਦੀ ਸੀ ਵੀ ਮੈਂ ਇੱਕ ਭਲਵਾਨ ਬੰਦੇ ਦਾ ਗਾਣਾ ਚੱਲਣਾ ਬੜੀ ਵੱਡੀ ਗੱਲ ਹੁੰਦੀ ਹੈ ਤੇ ਮੈਨੂੰ ਬੜਾ ਵਧੀਆ ਫੀਲ ਹੁੰਦਾ ਸੀ, ਪਰ ਮੈਨੂੰ ਸੀ ਵੀ ਲੋਕੀ ਮੈਨੂੰ ਪਛਾਣਨਗੇ ਕਦੋਂ। ਫਿਰ ਮੈਨੂੰ ਕਿਸੇ ਨੇ ਰਾਏ ਦਿੱਤੀ ਵੀ ਭਾਈ ਜੇ ਲੋਕਾਂ ਦੀ ਨਿਗਾਹ ਚੜ੍ਹਨਾ ਫਿਰ ਸਲਿਮ ਸਲੂਮ ਹੋ ਕੇ ਆਉਣਾ ਪੈਣਾ ਤੇ ਥੋੜਾ ਯੰਕਾ ਸਟਾਈਲ। ਫਿਰ ਜੀ ਆਪਾਂ 2-3 ਸਾਲ ਜਿਮ ਕੀਤਾ ਤੇ ਗਾਣਾ ਕੀਤਾ ਜਗਾੜੀ ਜੱਟ, ਜਿਵੇਂ ਦਾ ਮੈਂ ਅਸਲ 'ਚ ਹੈਗਾ ਆ ਉਵੇਂ ਮੈਂ ਉਹ ਉਦਾਂ ਦੇ ਕਰੈਕਟਰ ਲਿੱਤੇ ਆਪਦੇ ਗਾਣੇ 'ਚ, ਜਗਾੜੀ ਜੱਟ 'ਚ ਗੱਲਾਂ ਮਿੱਠੀਆਂ 'ਚ। ਮਤਲਬ ਪਹਿਲਾਂ ਤੁਸੀਂ, ਸੋਰੀ ਤੁਹਾਡੀ ਗੱਲ ਕੱਟਣ, ਪਹਿਲਾਂ ਤੁਸੀਂ ਜਗਾੜ ਲਾ ਕੇ ਮਤਲਬ ਫਸਾਉਣ ਦੀ ਕੋਸ਼ਿਸ਼ ਕਰਦੇ ਹੋ, ਫਿਰ ਜਦੋਂ ਫਸ ਜਾਂਦਾ ਬੰਦਾ ਫਿਰ ਅੱਗੋਂ ਕਹਿੰਦਾ ਕਿ ਦੇਖ ਮੈਂ ਤੇ ਸਿਰਫ ਤੇਰੀਆਂ ਮਿੱਠੀਆਂ ਗੱਲਾਂ ਕਰਕੇ ਫਸਿਆ ਹਨਾ। ਬਸ ਬਸ ਜੀ, ਮੰਨ ਲਓ ਲਾ ਲਓ ਸਾਡਾ ਕੰਮ ਜੀ ਕਿਤੇ ਨਾ ਕਿਤੇ ਭੋਲਾ ਵੀ ਆ, ਕਿਤੇ ਨਾ ਕਿਤੇ ਥੋੜੇ ਬਹੁਤੇ ਜਗਾੜੀ ਵੀ ਬਣਦੇ ਆ, ਪਰ ਕਿਤੇ ਨਾ ਕਿਤੇ ਬਸ ਕੁੰਡੀਆਂ ਹੀ ਆ ਫਸੀਆਂ ਰਹਿੰਦੀਆਂ। ਹਾਂ, ਫਸ ਜਾਂਦੀਆਂ। ਚਲੋ ਸ਼ੁਕਰ ਹੈ ਇੱਕ ਜਗ੍ਹਾ ਤੇ ਫਸੀਆਂ ਰਹਿਣੀਆਂ ਚਾਹੀਦੀਆਂ ਭਾਜੀ। ਹਾਂਜੀ 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 ਯਾਰ। ਅੱਛਾ ਆਲਰਾਈਟ ਆਲਰਾਈਟ, ਇੱਕ ਵਾਰੀ ਭਾਜੀ ਗੱਲਾਂ ਮਿੱਠੀਆਂ ਹੋ ਜੇ। ਹਾਂਜੀ ਸ਼ੋਰ ਜੀ। ਜਿੱਦਾਂ ਦਾ ਵੀ ਏ ਤੂੰ ਸਾਨੂੰ ਮਨਜ਼ੂਰ ਵੇ, ਕਦੇ ਬਿੱਟੂ ਚੀਮਿਆ ਹੋਵੀ ਨਾ ਦੂਰ ਵੇ, ਤੇਰੀਆਂ ਮੁਹੱਬਤਾਂ ਤੇ ਮਾਣ ਜੱਟੀ ਨੂੰ ਵੇ ਹੰਝੂ, ਖੁਸ਼ੀਆਂ ਦੇ ਨਿੱਤ ਰੋਈਆਂ, ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ, ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈਆਂ। ਆਏ ਆਏ ਆਏ, ਕੀ ਬਾਤ ਹੈ ਭਾਜੀ, ਕੁੜੀਆਂ ਦੀ ਇੱਕ ਚੰਗੀ ਆਦਤ ਜਿਹੜੀ ਤੁਹਾਨੂੰ ਬਹੁਤ ਪਸੰਦ ਹੈ? ਦੇਖੋ ਜੀ, ਕੁੜੀਆਂ ਦੀਆਂ ਆਦਤਾਂ ਮੈਂ ਸਾਰੀਆਂ, ਬਿਕੋਜ਼ ਮੈਂ ਦੱਸਾਂ ਮਨਕਿਰਤ ਔਲਖ ਇੱਕ ਜੋ ਮੇਰਾ ਸੁਪਨਾ ਆ, ਮੇਰਾ ਸੁਪਨਾ ਆ ਵੀ ਇੱਕ ਵਧੀਆ ਹਸਬੈਂਡ ਬਣਨਾ। ਅਰੇ ਵਾਹ, ਲਾਈਕ ਵਧੀਆ ਲੱਗਦਾ ਜਦੋਂ ਤੁਸੀਂ ਲਾਈਕ ਗੱਲਾਂ ਮਿੱਠੀਆਂ 'ਚ ਕਹਿੰਦੇ ਵੀ ਜਿੰਨਾ ਤੁਸੀਂ ਇੱਕ ਇੱਕ ਕੁੜੀ ਨੂੰ, ਇੱਕ ਵੂਮੈਨ ਨੂੰ ਜਿੰਨਾ ਤੁਸੀਂ ਪਿਆਰ ਦੋਗੇ, ਰਿਸਪੈਕਟ ਇੱਕ ਪਿਆਰ ਦੋਗੇ, ਉਹ ਤੋਂ ਦੁਗਣਾ ਤਿਗਣਾ ਤੁਹਾਨੂੰ ਉਹਨੇ ਬੈਕ ਪਿਆਰ ਕਰਨਾ। ਅਰੇ ਵਾਹ, ਤੇ ਮੈਨੂੰ ਆਹ ਚੀਜ਼ ਵਧੀਆ ਲੱਗਦੀ। ਲੋਕਾਂ ਦੇ ਲੋਕੀ ਸੁਪਨੇ ਦੇਖਦੇ ਆ ਕਿ ਅਸੀਂ ਇਹਨਾਂ ਵਰਗੇ ਬਣੀਏ, ਸ਼ਾਹਰੁਖ ਖਾਨ, ਸਲਮਾਨ ਖਾਨ, ਮਨਜੀਤ ਤੋਂ ਹੋ ਜਾਗਾ, ਤੇ ਇਹ ਜਾਂਦੇ ਨੇ ਕਿ ਮੈਂ ਇੱਕ ਵਧੀਆ ਹਸਬੈਂਡ ਬਣਾ। ਬਾ ਵਧੀਆ ਬਣਾਇਆ, ਸੋ ਗੁੱਡ ਭਾਜੀ। ਬਸ ਆਪਦਾ ਵੀ ਆਪਦੀ ਵਾਈਫ ਨੂੰ ਵੇਖ ਕੇ ਖੁਸ਼ ਹੋਈ ਜਾਵਾਂ। ਆਏ ਆਏ, ਕਿਆ ਕਿਆ ਬਾਤ ਹੈ। ਅੱਛਾ ਜਿੱਦਾਂ ਦੇ ਗਾਣੇ ਗਾਉਂਦੇ ਸੱਚੀ ਤੁਸੀਂ ਉਦੋਂ ਦੇ ਹੋ? ਹਾਂਜੀ 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 ਭਾਜੀ, ਕੋਈ ਸ਼ੱਕ ਨਹੀਂ। ਔਰ ਅੱਛਾ ਭਾਜੀ, ਹੌਲੀ ਹੌਲੀ ਹੁਣ ਫਿਲਮਾਂ ਦੇ ਵਿੱਚ ਵੀ ਜਾਣ ਦੀ ਥੋੜੀ ਥੋੜੀ ਕੋਸ਼ਿਸ਼ ਹੋ ਜਾਂਦੀ ਹੈ, ਜਾਂ ਲੋਕੀ ਫੋਨ ਕਰਨ ਲੱਗ ਜਾਂਦੇ ਕਿ ਮਨਕੀਰ ਤੋਂ ਔਲਖ ਨੂੰ ਲਓ ਫਿਲਮ ਦੇ ਵਿੱਚ। ਹਾਂਜੀ ਹਾਂ, ਕਿੱਦਾਂ ਦੀ ਫਿਲਮ ਕਰੋਗੇ ਭਾਜੀ, ਜਿਹੜੀ ਕਰੋਗੇ? ਭਾਜੀ ਫਿਲਮ ਮੈਂ ਤਾਂ ਕਹਿੰਦਾ ਵੀ ਬਿਕੋਜ਼ ਮੈਨੂੰ ਮੇਰੇ ਫੇਵਰੇਟ ਗੱਗੂ ਗਿੱਲ ਸਾਹਿਬ ਨੇ ਤੇ ਜਿੱਦਾਂ ਦਾ ਮੈਨੂੰ ਉਹ ਕਰੈਕਟਰ ਉਹਨਾਂ ਦਾ, ਮੈਂ ਸੈਲਿਊਟ ਉਹਨਾਂ ਨੂੰ ਹਨਾ ਵੀ ਇੰਨਾ ਟਾਈਮ ਰਾਜ ਕੀਤਾ ਉਹਨਾਂ ਨੇ ਇੰਡਸਟਰੀ 'ਚ ਅਤੇ ਸਿੰਪਲ ਸੋਬਰ ਉੱਦਾਂ ਦਾ ਮੈਂ ਰਹਿਣਾ ਚਾਹੁੰਦਾ ਅਤੇ ਮੈਂ ਉੱਦਾਂ ਦੀਆਂ ਫਿਲਮਾਂ ਲਾਈਕ ਕਰਨਾ ਚਾਹੁੰਦਾ। ਥੋੜ੍ਹਾ ਰੋਬ ਹੋਣਾ ਚਾਹੀਦਾ ਬੰਦੇ ਦਾ। ਅੱਛਾ ਭਾਜੀ, ਹਮੇਸ਼ਾ ਜਿਹੜੇ ਤੁਸੀਂ ਗਾਣੇ ਜਿੰਨੇ ਵੀ ਚੂਜ਼ ਕੀਤੇ ਉਹ 'ਚ ਕੁੜੀਆਂ ਦਾ ਪੱਖ ਲਿਆ ਜਾਂਦਾ ਹੈ ਨਾ, ਕੁੜੀਆਂ ਵੱਲੋਂ ਗਾਏ ਜਾਂਦੇ ਨੇ ਜਾਂ ਇੱਕ ਜਗਾੜੀ ਜੱਟ ਗਾਇਆ, ਬਾਕੀ ਕੁੜੀਆਂ ਵੱਲੋਂ ਮਤਲਬ ਜ਼ਿਆਦਾ ਪਸੰਦ ਵੀ ਤੁਹਾਨੂੰ? ਭਾਈ ਗਾਣਿਆਂ ਦੀ ਆਪਾਂ ਗੱਲ ਕਰੀਏ, ਮੈਨੂੰ ਕੁਛ ਨਹੀਂ ਪਤਾ ਹੁੰਦਾ ਵੀ ਮੈਂ ਕਿਹੜਾ ਗਾਣਾ ਗਾਉਣਾ, ਕੀ ਕਰਨਾ। ਮੇਰਾ ਯਾਰ, ਮੇਰਾ ਖਾਸ ਭਰਾ ਜਿਹਨੇ ਮੈਨੂੰ ਇਸ ਮੁਕਾਮ ਤੇ ਲੈ ਕੇ ਆਇਆ, ਪ੍ਰਿੰਸ ਰੱਖੜੀ, ਅੱਛਾ ਉਹ ਮੇਰਾ ਰਾਈਟਰ ਵੀ ਆ, ਮੇਰੇ ਗਾਣੇ ਵੀ ਲਿਖਦਾ, ਮੇਰੀ ਜਿੰਦ ਜਾਨ, ਮੇਰਾ ਖਾਸ ਯਾਰ, ਉਹਦੀਆਂ ਬੰਦੇ ਦੀਆਂ ਐਸੀਆਂ ਗਾਲਾਂ ਜਿਹੜੀਆਂ ਗਾਲਾਂ ਤੋਂ ਆਪਾਂ ਜਿਹੜੀਆਂ ਗੋੜ ਗਈਆਂ ਨਾ, ਤੇ ਉਹ ਬੰਦਾ ਉਹ ਪ੍ਰਿੰਸ ਦੀ ਚੋਇਸ ਹੁੰਦੀ ਹੈ ਵੀ ਮਨਕਿਰਤ ਭਾਈ ਏਦਾਂ ਦਾ ਗਾਣਾ ਕਰੀਏ, ਏਦਾਂ ਦਾ ਕਰੀਏ। ਲੱਕੀ ਹੋ ਤੁਸੀਂ ਫਿਰ, ਤੁਹਾਨੂੰ ਏਦਾਂ ਦੇ ਦੋਸਤ ਮਿਲੇ? ਮੈਂ ਜੀ ਬਹੁਤ ਜ਼ਿਆਦਾ ਲੱਕੀ ਵੀ ਮੈਨੂੰ
ਇਹੋ ਜਿਹਾ ਦੋਸਤ ਮਿਲਿਆ। ਅਰੇ ਵਾਹ ਕੀ ਭਾਈ ਜੀ, ਜਿੱਥੇ ਜ਼ਿੰਦਗੀ 'ਚ ਬੜੇ ਲੋਕੀ ਸਪੋਰਟ ਕਰਦੇ ਨੇ ਨਾ, ਕੋਈ ਥੱਲੇ ਵੀ ਖਿੱਚਦਾ ਹੁੰਦਾ ਬੰਦੇ ਨੂੰ। ਹਾਂਜੀ ਹਾਂਜੀ, ਕੋਈ ਇਦਾਂ ਦਾ ਬੰਦਾ ਜਿਹਨੇ ਤੁਹਾਨੂੰ ਮਤਲਬ ਉੱਤੋਂ ਉੱਤੋਂ ਸਪੋਰਟ ਕੀਤੀ ਹੋਵੇ ਤੇ ਅੰਦਰੋਂ ਅੰਦਰੋਂ ਥੱਲੇ ਖਿੱਚਿਆ ਹੋਵੇ? ਭਾਈ ਮੈਂ ਕਦੇ ਗੱਲ ਹੀ ਨਹੀਂ ਗੋਲੀ ਜੀ, ਮੈਨੂੰ ਤਾਂ ਜੇ ਕੋਈ ਲੱਤ ਵੀ ਖਿੱਚੇ ਮੈਂ ਤਾਂ ਉਹਨੂੰ ਵੀ ਜੱਫੀ ਪਾ ਕੇ ਸੈਲਫੀ ਕਰਾ ਲੈਂਦਾ। ਅਰੇ ਵਾਹ ਕੀ ਸੋ ਗੁੱਡ। ਇਦਾਂ ਭਾਈ ਇੱਕ ਹਿੰਦੀ 'ਚ ਡਾਇਲੋਗ ਆ ਵੀ ਚਲਤੀ ਕਾ ਨਾਮ ਗਾਡੀ ਹੈ, ਤੇ ਚੱਲਣ ਤੋਂ ਬੜਾ ਕੁਛ ਹੋਣਾ, ਬੜਾ ਕੁਛ। ਬਸ ਤੁਸੀਂ ਤੁਸੀਂ ਤੁਹਾਡਾ ਆਪਦਾ ਦਿਲ ਸਾਫ਼ ਚਾਹੀਦਾ, ਆਪ ਤੁਸੀਂ ਸਾਰਿਆਂ ਨੂੰ ਪਿਆਰ ਕਰੋ। ਦੈਟਸ ਇਟ। ਦੈਟਸ ਓਕੇ ਯਾਰ। ਕੋਈ ਇੱਕ ਐਸਾ ਇਨਸਾਨ ਜਿੱਥੋਂ ਤੁਸੀਂ ਬਹੁਤ ਜ਼ਿਆਦਾ ਇਨਸਪਾਇਰਡ ਹੋ, ਜਿਹਨੂੰ ਦੇਖ ਕੇ ਤੁਹਾਨੂੰ ਇੰਸਪੀਰੇਸ਼ਨ ਆਉਂਦੀ ਕਿ ਇਹਦੇ ਵਰਗਾ ਬੰਦਾ, ਹਸਬੈਂਡ ਤੋਂ ਇਲਾਵਾ? ਬੰਦਾ ਚੰਗਾ ਹੋਵੇ, ਹਸਬੈਂਡ ਨਾਲ ਚੰਗਾ ਹੋਵੇ, ਕੰਮ ਖਰਾਬ। ਇਹ ਕੁਐਸਚਨ ਟੇਢਾ ਹੈ ਨਾ। ਇਹ ਮੈਂ ਫਿਰ ਪਹਿਲਾਂ ਵੀ ਦੱਸਤਾ ਵੀ ਗੁੱਗੂ ਗਿੱਲ ਸਾਹਿਬ ਉਹਨਾਂ ਵਰਗਾ ਹੀ ਬਣਨਾ ਯਾਰ ਮੈਂ ਉਹਨਾਂ ਵੀ ਦੇ ਮੈਂ ਚਾਹੁੰਦਾ ਨਾ ਵੀ ਦੇਸੀ ਬੰਦੇ ਦੀ ਪਛਾਣ ਹੋਣੀ ਚਾਹੀਦੀ ਹੈ। ਅੱਛਾ ਵੀ ਆਪਾਂ ਦੇਸੀ ਜਬ ਕਿਉਂਕਿ ਜੇ ਗੱਲ ਕਰੀਏ ਇੰਗਲਿਸ਼ ਹੈ ਨਾ, ਮੈਨੂੰ ਇੰਗਲਿਸ਼ ਬੋਲਣੀ ਬੜੀ ਵਧੀਆ ਆਉਂਦੀ ਹੈ, ਮੈਨੂੰ ਹਿੰਦੀ ਬੋਲਣੀ ਬੜੀ ਵਧੀਆ ਆਉਂਦੀ ਹੈ, ਪਰ ਜਿਹੜਾ ਸਵਾਦ ਮੈਨੂੰ ਪੰਜਾਬੀ ਘੋਟ ਘੋਟ ਕੇ ਬੋਲਣ 'ਚ ਆਉਂਦਾ ਇਹ ਆਪਦੇ ਦੇਸੀ ਪੁਣੇ 'ਚ, ਕਿਉਂਕਿ ਜੇ ਅਸੀਂ ਆਹੀ ਚੀਜ਼ਾਂ ਆਪ ਭੁੱਲ ਗਏ। ਦੇਬੀ ਸਾਹਿਬ ਦੀਆਂ ਦੋ ਗੱਲਾਂ ਸੀ ਵੀ ਖੁਦ ਨਾਲ ਖੁਦ ਨੂੰ ਦਗਾਹ ਹੋ ਰਿਹਾ, ਕਿਉਂ ਸਾਡਾ ਵਿਰਸਾ ਤਬਾਹ ਹੋ ਰਿਹਾ, ਵੀ ਜੇ ਮਾਂ ਪਿਓ ਨੇ ਡੇਰੇ ਕਲੱਬਾਂ 'ਚ ਲਾਉਣੇ, ਭਾਈ ਜੈਸੀ ਕੋਕੋ ਬੱਚੇ ਵੈਸੇ ਹੀ ਹੋਣੇ। ਮੈਂ ਤਾਂ ਕਰਕੇ ਚਾਹੁੰਦਾ ਵੀ ਇਹ ਮੇਰਾ ਗੱਲਾਂ ਮਿੱਠੀਆਂ 'ਚ ਕੁੜਤਾ ਪਜਾਮਾ ਪਾ ਕੇ ਆਉਣਾ, ਕੁੜਤਾ ਚਾਦਰਾ ਲਾਉਣਾ, ਇਹ ਮੈਂ ਥੋੜ੍ਹਾ ਜਿਹਾ ਜ਼ਰੂਰੀ ਸਮਝਦਾ ਵੀ ਜਨਰੇਸ਼ਨ ਜਿਹੜੀ ਵਿਦੇਸ਼ਾਂ 'ਚ ਭਰਾ ਸਕ, ਕਿਉਂਕਿ ਹੁਣ ਮੈਂ ਬਾਹਰਲੇ ਇੰਗਲੈਂਡ ਟੂਰ ਲਾਇਆ, ਉੱਥੇ ਵੀ ਮੈਂ ਕੁੜਤਾ ਚਾਦਰਾ ਪਾਇਆ, ਆਸਟ੍ਰੇਲੀਆ ਵੀ ਮੈਂ ਟਰਾਈ ਕੀਤੀ, ਕਿਉਂਕਿ ਨਿਊਜ਼ੀਲੈਂਡ ਵੀ ਮੈਂ ਕੁੜਤਾ ਚਾਦਰਾ ਪਾਇਆ। ਉੱਥੋਂ ਦੇ ਫਿਰ ਛੋਟੇ ਜਿਹੜੇ ਜਵਾਕ ਹੁੰਦੇ ਆ, ਜਦੋਂ ਸਾਨੂੰ ਮੀਟ ਐਂਡ ਗ੍ਰੀਟ 'ਤੇ ਮਿਲਦੇ ਆ, ਉਹ ਸਾਡਾ ਆਹ ਫੜਦੇ ਆ ਕੁੜਤਾ ਵੀ ਇਹ ਡਰੈਸ ਇੰਡੀਅਨ ਡਰੈਸ ਹੈ ਨਾ, ਅਤੇ ਸੋ ਗੁੱਡ, ਵਧੀਆ ਲੱਗਦਾ ਜੀ ਆਪਦੇ ਆਪ ਨੂੰ ਪ੍ਰਮੋਟ ਕਰਨਾ ਆਪਦੀ ਮਾਂ ਬੋਲੀ ਨੂੰ। ਪੈਸੇ ਭਾਜੀ ਬ੍ਰਾਂਡ ਦੇ ਖਰਚਣ ਨੂੰ ਬਚ ਜਾਂਦੇ ਫਿਰ ਕਿੰਨੇ ਹੈ ਨਾ। ਅਮਰਿੰਦਰ ਗਿੱਲ ਸਾਹਿਬ ਦਾ ਗਾਣਾ ਆਇਆ ਸੀ ਕੁੜਤਾ ਪਜਾਮਾ ਮੈਂ ਅਬੋਹਰ ਤੋਂ ਸਵਾਇਆ ਹੈ ਨਾ, ਹੁਣ ਤੁਸੀਂ ਦੇਖੋ ਵੀ ਸਾਰੇ ਅਬੋਹਰ ਤੋਂ ਸਵਾਉਂਦੇ ਆ, ਅਬੋਹਰ ਜਾਣਾ ਉੱਥੋਂ ਫਿਰ ਉੱਥੇ ਗੱਲਬਾਤ ਪੈ ਜਾਂਦੀ ਹੈ। ਅੱਛਾ ਭਾਜੀ, ਫੈਨਸ ਤੁਹਾਡੇ ਬਹੁਤ ਨੇ, ਕੁੜੀਆਂ ਜ਼ਿਆਦਾ, ਮੁੰਡੇ ਵੀ ਹੈਗੇ ਨੇ, ਕੁੜੀਆਂ ਜ਼ਿਆਦੀਆਂ, ਕੋਈ ਇੱਦਾਂ ਦੀ ਫੈਨਸ ਜਿਹੜੀ ਹਜੇ ਤੱਕ ਤੁਹਾਨੂੰ ਯਾਦ ਆ, ਜਿਹਨੇ ਕੁਛ ਇੱਦਾਂ ਦਾ ਕ੍ਰੇਜ਼ੀ ਕੀਤਾ ਹੋਵੇ? ਦੇਖੋ ਜੀ, ਮੈਂ ਲਾਈਕ ਹੁਣ ਮੈਂ ਰੀਸੈਂਟਲੀ ਪਿੱਛੇ ਮੈਂ ਹੁਣ ਉੱਥੋਂ ਆਇਆ, ਅਸ਼ੂ ਲਾ ਕੇ ਮੈਲਬਨ ਤੋਂ ਆ ਰਿਹਾ ਸੀ, ਅਤੇ ਮੈਨੂੰ ਫਲਾਈਟ 'ਚ ਇੱਕ ਕੁੜੀ ਨੇ ਹੱਦ ਹੀ ਕਰਤੀ ਹੈ ਨਾ, ਮੈਨੂੰ ਵੀ ਦਿਲੋਂ ਵੀ ਪਤਾ ਲੱਗਿਆ ਵੀ ਵਾਕਈ ਵੀ ਮੈਨੂੰ ਇੰਨੀ ਕੁ ਨੀਂਦ ਆਈ ਸੀ, ਮੈਂ ਫਲਾਈਟ 'ਚ ਬੈਠਾ, ਉਹਨੇ ਮੈਨੂੰ ਪਛਾਣ ਲਿਆ ਵੀ ਮਨਕੀਰਤ ਉਹ ਲਿਖਿਆ, ਉਹ ਮੇਰੇ ਸਾਹਮ ਲਾਈਕ ਮੈਂ ਇੱਦਾਂ ਬੈਠਾ, ਮੇਰੇ ਇੱਥੇ ਬੈਠੀ, ਉਹ ਸਾਰੇ ਰਾਹ ਹੀ ਉਹ ਮੈਨੂੰ ਵੇਖਦੀ ਰਹੀ ਲਾਈਕ ਸੁਪਨੇ 'ਚ ਹੈ ਨਾ, ਉਹ ਮੈਨੂੰ ਆਪਦੇ ਆਪ 'ਚ ਥੋੜ੍ਹਾ ਫੀਲ ਹੋਵੇ ਵੀ ਮੈਂ ਹੁਣ ਸੋਵਾਂ ਮੈਂ ਕੀ ਕਰਾਂ, ਅਤੇ ਲਾਈਕ ਉਹ ਕਹਿੰਦੀ ਵੀ ਮੈਨੂੰ ਯਕੀਨ ਨਹੀਂ ਹੋ ਰਿਹਾ ਵੀ ਮਨਕੀਰਤ ਔਲਖਾ ਨਾ। ਅੱਛਾ, ਕਦੇ ਮੈਨੂੰ ਹੱਥ ਲਾ ਕੇ ਵੇਖੇ, ਅਤੇ ਕਦੇ ਬਹੁਤ ਬਹੁਤ ਵਧੀਆ। ਕਿੰਨੀ ਕੁ ਦੂਰ ਬੈਠੇ ਸੀਗੇ? ਅੱਜ ਤਾਂ ਮੇਰੀ ਸੀਟ ਆ, ਵਿੱਚੋਂ ਆਪਾਂ ਲੰਘਦੇ ਹਾਂ ਅਤੇ ਨਾਲ ਦੀ ਸੀਟ 'ਤੇ ਉਹਦੇ ਨਾਲ ਇੱਕ ਅੰਕਲ ਬੈਠਾ ਸੀ ਬਹੁਤ ਮੋਟਾ ਆ, ਉਹ ਪਰ ਤਾਂ ਵੀ ਉਹਨੂੰ ਇੱਦਾਂ ਕਰਕੇ ਨਾ ਉਹ ਮੈਨੂੰ ਵੇਖੀ ਜਾ ਰਹੀ ਸੀ। ਮੈਨੂੰ ਆਪਦੇ ਮੈਨੂੰ ਕਈ ਵਾਰੀ ਯਕੀਨ ਨਹੀਂ ਹੁੰਦਾ ਵੀ ਵਾਕਈ ਵੀ ਮੈਂ ਥੋੜੀ ਗੜਬੜ ਵਾਲੀਆਂ ਗੱਲਾਂ ਕਰਨ ਲੱਗ ਜਾਂਦੇ, ਦਾਦੀ ਕਿੱਦਾਂ ਦੀਆਂ ਗੱਲਾਂ ਕਰਦੇ ਹੁੰਦੇ ਹਮੇਸ਼ਾ ਹਨਾ, ਥੋੜੇ ਕੰਬੇ ਸੁਭਾਅ ਨਾਲ, ਮੈਂ ਮਾੜੇ ਚੱਕ ਲਾ ਪਾਜੀ ਦਾਦੀ ਜ਼ਰੂਰੀ ਦਾਦੀ ਨਾਲ ਦਾਦੀ ਸਤਿ ਸ਼੍ਰੀ ਅਕਾਲ ਪੈਰੀ ਪੈਂਦਾ ਜੀ। ਹਾਂਜੀ ਹਾਂਜੀ ਦਾਦੀ, ਮੈਨੂੰ ਪਤਾ ਤੁਸੀਂ ਦੇਖ ਰਹੇ ਹੋ ਜੀ। ਹਾਂਜੀ ਹਾਂਜੀ, ਮਨਕੀਰ ਤੌਲਖ ਜੀ, ਗੱਲਾਂ ਮਿੱਠੀਆਂ ਵਾਲੇ। ਹਾਂਜੀ ਸਤਿ ਸ਼੍ਰੀ ਅਕਾਲ। ਦਾਦੀ ਕਹਿੰਦੇ ਪੈਰੀ ਪੈਂਦੇ ਹੋ, ਕਹਿੰਦੇ ਜਿੰਦੇ ਰਹੋ ਜਿੰਦੇ ਰਹੋ। ਅੱਛਾ ਦਾਦੀ, ਭਾਜੀ ਦਾਦੀ ਕਹਿ ਰਹੇ ਤੁਹਾਡੇ ਲਈ ਇੱਕ ਰਿਸ਼ਤਾ ਆਇਆ ਹੈ, ਤੇ ਦਾਦੀ ਉਹ ਸ਼ਰਮਾ ਰਹੇ ਨੇ ਜੀ, ਹੱਸ ਰਹੇ ਨੇ, ਉਹ ਕਹਿੰਦੇ ਆ ਸੋਹਣਾ ਜੁੱਤੀਆਂ ਪਹਿਣੀਆਂ ਬਹੁਤ ਜ਼ਿਆਦੀਆਂ। ਨਹੀਂ ਨਹੀਂ ਦਾਦੀ, ਉਹ ਬਹੁਤ ਸ਼ਰੀਫ ਮੁੰਡਾ, ਇੱਦਾਂ ਨਹੀਂ ਕਰੀ ਦਿੰਦਾ। ਇਹ ਕਿੱਥੋਂ ਆਇਆ ਦਾਦੀ, ਕਿੱਥੋਂ ਆਇਆ ਜੀ? ਚੰਗੀ ਲੱਭੂ ਦਾਦੀ, ਜਿਵੇਂ ਦੀ ਕਹਿੰਦੇ, ਬਹੁਤ ਭਰੋਸਾ ਕਰ ਰਹੇ ਤੁਹਾਡੇ ਤੇ, ਕਹਿੰਦੇ ਜਿਵੇਂ ਦੀ ਲੱਭ ਦੋਗੇ ਚੱਲੂਗੀ। ਚਲੋ ਦਾਦੀ, ਤੁਸੀਂ ਐਂ ਕਰੋ, ਤੁਸੀਂ ਫੋਨ ਰੱਖੋ, ਮੈਂ ਤੁਹਾਡੀ ਪਸੰਦ ਦੀ ਕੁੜੀ ਹੁਣੇ ਵੀਰੇ ਤੋਂ ਪੁੱਛ ਲੈਣਾ। ਹਾਂ ਦਾਦੀ, ਚਲੋ ਚੰਗਾ ਦਾਦੀ, ਪੈਰੀ ਪੈਂਦਾ ਦਾਦੀ। ਹੈਲੋ, ਆਵਾਜ਼ ਨਹੀਂ ਆ ਰਹੀ, ਹੈਲੋ।
ਮਸੀ ਮਸੀ ਬਚਾ ਬਚਾ ਕੀਤਾ ਤੇ ਆਲਰਾਈਟ ਅੱਛਾ ਭਾਜੀ ਦੇਖੋ ਦਾਦੀ ਨੇ ਮੇਰੇ ਪਿੱਛੇ ਪੈਣਾ ਜਦੋਂ ਇੰਟਰਵਿਊ ਤੋਂ ਬਈ ਮੈਨੂੰ ਦੱਸ ਦੋ ਕਿ ਤੁਹਾਨੂੰ ਕਿੱਦਾਂ ਦੀ ਕੁੜੀ ਚਾਹੀਦੀ ਹੈ ਵਿਆਹ ਲਈ ਤਾਂ ਕਿ ਆਪਾਂ ਫਿਰ ਦਾਦੀ ਨੂੰ ਭੇਜ ਸਕੀਏ ਕਿ ਆਹ ਦਾਦੀ ਆਹ ਚਾਹੀਦੀਆਂ ਰਿਕੁਆਇਰਮੈਂਟਸ ਲੰਬੀ ਕਿੰਨੀ ਕੁਣੀ ਚਾਹੀਦੀ ਭਾਜੀ ਹੁਣ ਮੈਂ ਕਿਵੇਂ ਪ੍ਰੋਪਰ ਆਣਾ ਜਿਵੇਂ ਦੀ ਹੋਏ ਵਧੀਆ ਹੋਏ ਮਤਲਬ ਰੰਗ ਕਿੱਦਾਂ ਦਾ ਹੋਣਾ ਚਾਹੀਦਾ ਸਾਵਲਾ ਹੋਣਾ ਚਾਹੀਦਾ ਗੋਰਾ ਹੋਣਾ ਚਾਹੀਦਾ ਸੋਹਣੀ ਘੱਟ ਹੋਵੇ ਭਾਵੇਂ ਸਿਆਣੀ ਹੋਵੇ ਸਿਆਣੀ ਹੁਣ ਤੁਹਾਡੇ ਹਿਸਾਬ ਨਾਲ ਸਿਆਣੀ ਕੀ ਹੁੰਦੀ ਜਿਹੜੀ ਘਰ ਦਾ ਕੰਮ ਕਰੇ ਜਾਂ ਨੌਕਰੀ ਕਰੇ ਘਰ ਦਾ ਕੰਮ ਹੁਣ ਮੈਂ ਭਾਜੀ ਸਮਝਾਉਣਾ ਖਾਣਾ ਆਪਣੀ ਪਸੰਦ ਹੁਣ ਦੇਖੋ ਅੱਛਾ ਤੁਹਾਡਾ ਇਹ ਕੰਮ ਤਾਂ ਨਹੀਂ ਕਿ ਤੁਸੀਂ ਵਧੀਆ ਹਸਬੈਂਡ ਬਣਨਾ ਘਰ ਦਾ ਕੰਮ ਤੁਸੀਂ ਕਰੋਗੇ ਸਬਜ਼ੀਆਂ ਰੋਟੀ ਤੁਸੀਂ ਬਣਾਓਗੇ ਬੰਦਾ ਫਿਰ ਜਮਾਂ ਡਾਊਨ ਜਾਂਦਾ ਅੱਛਾ ਥੋੜਾ ਬਹੁਤਾ ਕਰ ਲਿਆ ਕਰਾਂਗੇ ਕਦੀ ਕਦੀ ਕਰ ਲਿਆ ਕਰਾਂਗੇ ਹਾਂਜੀ ਹਾਂਜੀ ਅੱਛਾ ਸੂਟ ਪਾਉਂਦੀ ਹੋਵੇ ਹਾਂਜੀ ਜੀਨਾਂ ਨੂੰ ਬਿਲਕੁਲ ਨਾ ਪਾਉਂਦੀ ਹੋਵੇ ਮੈਂ ਜੀਨ ਵੀ ਪਾ ਲਏ ਕਦੀ ਕਦੀ ਪਾ ਲਿਆ ਵਾਲ ਖੁੱਲੇ ਹੋਣ ਗੁੱਤ ਕੀਤੀ ਹੋਵੇ ਭਾਜੀ ਹੁਣ ਮੈਂ ਹੁਣ ਵਿੱਚ ਤੁਸੀਂ ਹਨਾ ਦਾਦੀ ਨੇ ਭਾਜੀ ਮੈਨੂੰ ਛੱਡਣਾ ਨਹੀਂ ਗੁੱਤ ਲੰਬੀ ਹੋਵੇ ਛੋਟੀ ਹੋਵੇ ਭਾਜੀ ਵਧੀਆ ਪਰਾਂਦਾ ਪਰੂੰਦਾ ਪੈ ਜਾਏ ਹਨਾ ਅੱਛਾ ਚਲੋ ਠੀਕ ਆ ਵਾਲਾਂ ਨੂੰ ਰੰਗ ਕਰ ਸਕਦੀ ਕਾਲੇ ਰੱਖੇ ਭਾਜੀ ਮੈਂ ਇਹਨਾਂ ਚੀਜ਼ਾਂ ਵੀ ਵਧੀਆ ਹੋਵੇ ਹਨਾ ਠੀਕ ਹੋਵੇ ਕੋਈ ਕੋਈ ਐਸਾ ਸਿੰਗਰ ਹੈਗਾ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਤੁਹਾਨੂੰ ਨਹੀਂ ਪਸੰਦ ਨਾ ਭਾਈ ਸਾਰੇ ਪਸੰਦ ਆ ਤੁਹਾਨੂੰ ਸਾਰੇ ਪਸੰਦ ਸਭ ਤੋਂ ਫੇਵਰੇਟ ਕਿਹੜਾ ਤੁਹਾਨੂੰ ਚੰਗਾ ਲੱਗਦਾ ਮੈਨੂੰ ਫੇਵਰੇਟ ਪਸੰਦ ਨਹੀਂ ਮੈਨੂੰ ਇੱਕ ਬੰਦਾ ਆ ਜਿਹੜਾ ਜਿਹਦੀ ਨੇਚਰ ਬੜੀ ਵਧੀਆ ਹੈ ਜਿਹਨੂੰ ਮੈਂ ਕੋਈ ਵੀ ਮੇਰੇ ਦਿਲ 'ਚ ਗੱਲ ਹੁੰਦੀ ਆ ਅਤੇ ਮੈਂ ਦੱਸਦਾ ਮੈਨੂੰ ਕਦੇ ਮਾੜੀ ਰਹਿ ਨਹੀਂ ਦਿੰਦਾ ਦੋ ਸ਼ਖਸ ਆ ਇੱਕ ਤਾਂ ਨਿਸ਼ਾਨ ਭੁੱਲਰ ਅਤੇ ਇੱਕ ਆਪਣਾ ਸਰਦਾਰ ਯਾਰ ਆਪਣਾ ਐਮੀ ਵਿਰਕ ਅੱਛਾ ਉਹ ਕੱਬਾ ਬੋਲਦੇ ਬਹੁਤ ਕੱਬਾ ਜੋ ਵੀ ਉਹ ਕਿਉਂਕਿ ਉਹ ਬੰਦਾ ਮੇਰੇ ਨਾਲ ਦਿਲੋਂ ਜੇ ਆ ਕਿਉਂਕਿ ਅਸੀਂ ਉਦੋਂ ਦੇ ਯਾਰ ਆ ਜਦੋਂ ਅਸੀਂ ਦੋਵੇਂ ਸਿੰਗਰ ਨਹੀਂ ਹੁੰਦੇ ਸੀ ਅਰੇ ਵਾਹ ਤੇ ਮੈਂ ਕਬੱਡੀ ਖੇਡਦਾ ਮੈਂ ਵੀ ਚੱਲ ਸਿੱਖੀਏ ਤੇ ਮੈਂ ਤੇ ਐਮੀ ਇਕੱਠੇ ਸਾਡਾ ਇੱਕ ਯਾਰ ਹੁੰਦਾ ਸੀ ਪ੍ਰੈਟੀ ਭੁੱਲਰ ਤੇ ਅਸੀਂ ਤਿੰਨੇ ਇਕੱਠੇ ਪਟਿਆਲੇ ਸਿੱਖਦੇ ਹੁੰਦੇ ਸੀ ਉਹ ਉਦੋਂ ਦਾ ਯਾਰ ਆ ਤੇ ਸਭ ਤੋਂ ਵਧੀਆ ਚੀਜ਼ ਮੈਨੂੰ ਲੱਗਦੀ ਆ ਵੀ ਮੈਂ ਮਨਕਿਰਤਾ ਔਲਖ ਜਿਵੇਂ ਦਾ ਉਦੋਂ ਸੀ ਉਵੇਂ ਹੀ ਅੱਜ ਆ ਤੇ ਸੇਮ ਨਿਸ਼ਾਨ ਭੁੱਲਰ ਤੇ ਐਮੀ ਵਿਰਕ ਇਹ ਬੰਦੇ ਜਿਵੇਂ ਦੇ ਮੈਨੂੰ ਉਦੋਂ ਪਹਿਲਾਂ ਮਿਲੇ ਸੀ ਉਵੇਂ ਦੇ ਅੱਜ ਨੇ ਕਿਉਂਕਿ ਮੈਂ ਕਈ ਬੰਦੇ ਹੁਣ ਦੇਖਦਾ ਵੀ ਚੱਲਦੇ ਫਿਰ ਗੱਲਬਾਤ ਹੋਰ ਹੋ ਜਾਂਦੀ ਹੈ ਕਿਆ ਬਾਤ ਹੈ ਇਹ ਬੰਦਿਆਂ ਦੀ ਐਮੀ ਵਿਰਕ ਭਾਜੀ ਦੀ ਇੱਕ ਗੱਪ ਪੜੀ ਗਈ ਹੈ ਜਿੰਨੀ ਵਾਰ ਇੰਟਰਵਿਊ ਕਰਨ ਆਉਂਦੇ ਨਾ ਮੈਨੂੰ ਕਹਿੰਦੇ ਮੈਂ ਭਾਜੀ ਸਿੱਖਿਆ ਕਿ ਓਏ ਅਸੀਂ ਨਹੀਂ ਸਿੱਖਦੇ ਸੁੱਖਦੇ ਸਾਨੂੰ ਪਹਿਲਾਂ ਦੇਤਾ ਬਥੇਰਾ ਕੁਛ ਅਸੀਂ ਠੀਕ ਆ ਇਹ ਗੱਲ ਤੁਹਾਡੀ ਜਾਇਜ਼ ਆ ਅਸੀਂ ਜਿੰਨਾ ਕੁ ਸਿੱਖਣ ਜਾਂਦੇ ਹੁੰਦੇ ਸੀ ਸਾਡੇ ਉਸਤਾਦ ਉਜਾਗਰ ਅੰਟਾਲ ਹਨਾ ਹਾਂਜੀ ਅਸੀਂ ਦੋਵਾਂ ਨੇ ਮਹੀਨਾ ਕੁ ਲਾਇਆ ਉਹਨਾਂ ਕੋਲ ਮਹੀਨਾ ਕੁ ਸਿੱਖਿਆ ਹਨਾ ਤੇ ਉਸਤਾਦ ਕਹਿੰਦਾ ਸੀ ਯਾਰ ਹੱਥ ਜੋੜ ਕੇ ਜਾਂ ਤਾਂ ਸਿੱਖ ਲਓ ਜਾਂ ਮੈਨੂੰ ਸਿਖਾ ਜਾਓ ਤੇ ਉਸਤਾਦ ਨੂੰ ਉੱਥੇ ਅਸੀਂ ਦੋ ਤਿੰਨ ਦਿਨ ਹਾਰਮੋਨੀਅਮ ਫੜਿਆ ਤੇ ਕਹਿੰਦੇ ਸਾ ਅਸੀਂ ਥੋੜੇ ਅੱਕ ਜਾਂਦੇ ਹੁੰਦੇ ਸੀ ਅਸੀਂ ਕਹਿੰਦੇ ਉਸਤਾਦ ਜੀ ਗਾਣਾ ਗੁਣਾ ਗਵਾਓ ਤੇ ਹੁਣ ਕੀੜੇ ਐਮੀ ਨੇ ਆਪਦੇ ਕੱਢਣੇ ਹੁੰਦੇ ਸੀ ਮੈਂ ਆਪਦੇ ਕੱਢਣੇ ਹੁੰਦੇ ਸੀ ਤੇ ਬਸ ਇੱਦਾਂ ਹੀ ਚੱਲੀ ਗਿਆ ਜੀ ਆਲਰਾਈਟ ਅੱਛਾ ਭਾਈ ਪੰਜਾਬੀ ਇੰਡਸਟਰੀ ਦੇ ਵਿੱਚ ਨਾ ਬਹੁਤ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲੋਕੀ ਕੱਪੜਾ ਪਾ ਕੇ ਰੱਖਦੇ ਨੇ ਬਾਹਰੋਂ ਬਹੁਤ ਸੋਹਣੀਆਂ ਲੱਗਦੀਆਂ ਅੰਦਰੋਂ ਬਹੁਤ ਮਿਹਨਤ ਕਰਕੇ ਬਣਦੀਆਂ ਚੀਜ਼ਾਂ ਕੋਈ ਐਸਾ ਚੇਂਜ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਪੰਜਾਬੀ ਇੰਡਸਟਰੀ ਦੇ ਵਿੱਚ ਆ ਕੇ ਭਾਈ ਇਹ ਗੱਲਾਂ ਮੈਂ ਕਹਿੰਦਾ ਆਪਾਂ ਜੇ ਆਪਾਂ ਢੱਕੀਆਂ ਰਹਿਣ ਦੀਏ ਤੁਹਾਨੂੰ ਵੀ ਪਤਾ ਬਹੁਤ ਕੁਛ ਤੁਹਾਡੇ ਨਾਲ ਵੀ ਮੇਰੇ ਨਾਲ ਵੀ ਕਿਉਂਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਵੀ ਡੀਜੇ ਵੀ ਇੱਕ ਮਨਕਿਰਤਾ ਔਲਖ ਇਹ ਬੰਦਾ ਵੀ ਉਹ ਆ ਜਿਹਨੇ ਮੈਨੂੰ ਸ਼ੁਰੂ ਤੋਂ ਵੀ ਮੈਂ ਕਹਿੰਦਾ ਡੀਜੇ ਭਾਜੀ ਕਿਵੇਂ ਸ਼ੁਰੂ ਤੋਂ ਮੈਨੂੰ ਕਹਿੰਦੇ ਵੀ ਬੰਦਾ ਉਹ ਹੁੰਦਾ ਜੇ ਕਦੇ ਕਿਸੇ ਨੂੰ ਝੂਠੀ ਆਸ ਨਹੀਂ ਦਿਖਾਉਣੀ ਚਾਹੀਦੀ ਹੈ ਨਾ ਓਨੀ ਕੁ ਗੱਲ ਕਰੋ ਜਿਹੜੀ ਪੁੱਗੇ ਤੇ ਅਗਲੇ ਨੂੰ ਵੀ ਸਵਾਦ ਆਵੇ ਤੇ ਬੀਜੇ ਉਹ ਸ਼ਖਸ ਆ ਨਾ ਬੀਜੇ ਵੀਰੇ ਆਹ ਗਾਣਾ ਕਿਵੇਂ ਆ ਮਤਲਬ ਭਾਜੀ ਤੁਸੀਂ ਇੱਕ ਦਿਨ ਨਾ ਤੁਹਾਡੀ ਆਵਾਜ਼ ਸੋਹਣੀ ਆ ਤੁਸੀਂ ਹਿੱਟ ਜ਼ਰੂਰ ਹੋਣਾ ਆਵਾਜ਼ ਵਾਲੀ ਗੱਲ ਮੈਂ ਕਿਹਾ ਸ਼ਾਇਦ ਪੰਪ ਨਾ ਦੇ ਦੇਣ ਪਰ ਆਵਾਜ਼ ਵਾਲੀ ਗੱਲ ਹਮੇਸ਼ਾ ਕਹਿੰਦਾ ਸੀ ਨਹੀਂ ਆਹ ਗੱਲ ਸ਼ੁਰੂ ਤੋਂ ਤੇ ਬੜਾ ਵਧੀਆ ਹੁੰਦਾ ਸੀ ਤੇ ਮੈਨੂੰ ਸਭ ਤੋਂ ਵਧੀਆ ਹੋਇਆ ਜਦੋਂ ਮੈਂ ਹਿੱਟ ਹੋਇਆ ਮੈਂ ਆਪਦੇ ਭਰਾਵਾਂ ਨੂੰ ਵੀ ਦੱਸਿਆ ਵੀ ਮਨਕਿਰਤਾ ਔਲਖ ਇੱਕ ਹਿੱਟ ਸਿੰਗਰ ਬਣ ਗਿਆ ਤੇ ਚਲੋ ਹੋਰ ਵੀ ਤੇ ਬੜਾ ਵਧੀਆ ਲੱਗਦਾ ਜਦੋਂ ਆਪਦੇ ਭਰਾ ਤੇ ਮੈਨੂੰ ਬੜਾ ਮਾਣ ਮੈਨੂੰ ਤਾਂ ਸ਼ੁਰੂ ਤੋਂ ਹੀ ਪਤਾ ਸੀ ਭਾਜੀ ਕੁਛ ਨਾ ਕੁਛ ਜ਼ਰੂਰ ਤੁਸੀਂ ਬਣ ਜਾਣਾ ਕਿਉਂਕਿ ਜਿੱਦਾਂ ਹੀ ਤੁਹਾਡੀ ਆਵਾਜ਼ ਆ ਜਿੱਦਾਂ ਤੁਸੀਂ ਗਾਉਂਦੇ ਹੋ ਬੜੇ ਮਤਲਬ ਵੱਖਰੀ ਆ ਡਿਫਰੈਂਟ ਆ ਨਾ ਸੋਰੀ ਅੱਛਾ ਭਾਜੀ ਘਰ ਦੇ ਵਿੱਚ ਮੰਮੀ ਡੈਡੀ ਸਾਰੇ ਭਰਾ ਭੈਣ ਰਿਸ਼ਤੇਦਾਰ ਬਹੁਤ ਸਾਰੇ ਹੁੰਦੇ ਜਿਹੜੇ ਬਹੁਤ ਸਾਰਾ ਪਿਆਰ ਕਰਦੇ ਨੇ ਕਿ ਮਨਕੀਰ ਤੇ ਸਾਡਾ ਹਨਾ ਰਿਸ਼ਤੇਦਾਰਾਂ ਘਰਦਿਆਂ ਦੀ ਗੱਲ ਤਾਂ ਹੋ ਜਾਂਦੀ ਬਾਹਰਲੇ ਲੋਕੀ ਵੀ ਇਦਾਂ ਦੇ ਨੇ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਕੋਈ ਇਦਾਂ ਦਾ ਬਜ਼ੁਰਗ ਕੋਈ ਇਦਾਂ ਦੇ ਸੀਨੀਅਰ ਬੰਦੇ ਮਿਲੇ ਨੇ ਜਿਨ੍ਹਾਂ ਨੇ ਤੁਹਾਨੂੰ ਅੱਜ ਤੱਕ ਕੁਛ ਐਸੀ ਚੀਜ਼ ਜਾਂ ਐਸੀ ਯਾਦਗਾਰ ਗੱਲ ਕਹੀ ਹੋਵੇ ਜਿਹੜੀ ਤੁਹਾਨੂੰ ਯਾਦ ਹੋਵੇ ਭਾਜੀ ਸੀਨੀਅਰ ਬੰਦਿਆਂ ਨੇ ਵੀ ਬੜੀਆਂ ਪਰ ਮੈਂ ਇੱਕ ਗੱਲ ਕਰਦਾ ਵੀ ਮੇਰਾ ਵੱਡਾ ਭਰਾ ਰਵਸ਼ੇਰ ਔਲਖ ਬਾਈ ਰਹਿੰਦਾ ਆਸਟ੍ਰੇਲੀਆ ਨਾ ਤੇ ਬਾਈ ਨੂੰ ਵੀ ਲਾਈਕ ਹੁਣ ਮੈਂ ਉੱਥੇ ਮੈਲਬਰਨ ਗਾ ਕੇ ਆਇਆ ਤੇ ਮੈਂ ਆਪਦੇ ਜਦੋਂ ਮੈਂ ਸਟੇਜ 'ਤੇ ਗਾਉਂਦਾ ਸੀ ਦੁਨੀਆ ਨੱਚਦੀ ਸੀ ਨਾ ਮੈਂ ਆਪਦੇ ਭਰਾ ਦੀਆਂ ਅੱਖਾਂ 'ਚ ਕੋਈ ਚੀਜ਼ ਪੜੀ ਹੈ ਨਾ
क्योंकि मैनू शुरू तो ही खोटा सिक्का कहा जाता सी भी एक खोटा सिक्का क्योंकि पढ़ाई च भी आप थोड़े जे थोड़े डम सी है ना ठीक सी ते उदन मैं आपके भरा जो मैं गाँवदा सी मेरे आपके भरा दी अखां च खुशी बड़ी मेरे वास्ते वही बड़ी वड्डी गल सी भी मेरा भरा कहिंदा जफ्फी पा के गाउंदे गाउंदे मैनू कहिंदा साडा खोटा सिक्का चल गया ना बहुत वधिया बिकॉज ओनू इना इना मेरे ते कॉन्फिडेंस नहीं सी भी मैं ओदे शहर मेलबर्न मैं सी रंजीत बावा मेरा वीर जैनी जोल जी ते अपने शो बहुत वधिया सी बहुत दुनिया आई सी देखा ते मेरे ब्रदर नू थोड़ा इदा सी भी साडे वाला किते फिक्का ना रह जी पर जदों मनकेर तौल स्टेज ते चढ़िया ओ म्यूजिक चलिया टाणा ना 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 ओ कुड़ियां ने स्टेज दे अगे आ गईयां लाइक मैं दुनिया नू घट ते आपदे भरा नू ज्यादा देख रहा सी भी ओ जिन्ना खुश हो रहा सी भी मेरे शहर मेलबर्न भी मेरे भरा नू इन्ने लोकी पसंद कर रहा ਉਹ ਮੈਂ ਗਾਉਂਦੇ ਗਾਉਂਦੇ ਮੈਨੂੰ ਜੱਫੀ ਪਾਈ ਕਹਿੰਦਾ ਮੈਨੂੰ ਕੰਨ 'ਚ ਕਹਿ ਗਿਆ ਕਹਿੰਦਾ ਯਾਰ ਸਾਡਾ ਖੋਟਾ ਸਿੱਕਾ ਚੱਲ ਗਿਆ ਦੈਟਸ ਸੋ ਗੁੱਡ ਭਾਈ ਦਿਲ ਖੁਸ਼ ਹੋ ਗਿਆ ਭਾਈ ਆਲਰਾਈਟ ਭਾਜੀ ਮੈਨੂੰ ਲੱਗਦਾ ਕਿ ਭਾਜੀ ਤੋਂ ਸਿੱਖਣ ਲਈ ਇਹੀ ਮਿਲਦਾ ਕਿ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਚੱਲਦੇ ਰਹੋ ਚੱਲਦੇ ਰਹੋ ਚੱਲਦੇ ਰਹੋ ਚੱਲਦੇ ਰਹੋ ਅਤੇ ਫਾਈਨਲੀ ਤੁਸੀਂ ਕਿਸੇ ਨਾ ਕਿਸੇ ਮੁਕਾਮ 'ਤੇ ਹਾਂਜੀ ਹਾਂਜੀ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਬਸ ਕਿਸੇ ਦਾ ਮਾੜਾ ਨਾ ਕਰੋ ਮਾੜਾ ਨਾ ਕਰੋ ਦੈਟਸ ਸੋ ਗੁੱਡ ਆਲਰਾਈਟ ਭਾਜੀ ਆਪਣੇ ਫੈਨਸ ਨੂੰ ਕਿਉਂਕਿ ਫਸਟ ਟਾਈਮ ਤੁਸੀਂ ਟਸ਼ਨ ਦੇ ਬੈਕਸ ਨਾਈਨ ਐਕਟਰਸ਼ਨ ਤਿਆਰ ਹੈ ਆਪਣੇ ਫੈਨਸ ਨੂੰ ਨਾਈਨ ਐਕਟਰਸ਼ਨ ਦੇ ਫੈਨਸ ਨੂੰ ਜੋ ਵੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਦੇ ਸਕਦੇ ਭਾਜੀ ਬਸ ਜੀ ਖੁਸ਼ ਰਹੋ ਅਤੇ ਲੋਕਾਂ ਦੀਆਂ ਗੱਲਾਂ ਇੱਧਰ ਉੱਧਰ ਇਹਨਾਂ ਤੋਂ ਬਚਾ ਰੱਖੋ ਅਤੇ ਖੁਸ਼ ਹੋ ਕੇ ਬਸ ਸੈਲਫੀ ਕਰਾ ਲਿਆ ਕਰੋ ਆਪਦਾ ਆਪਦਾ ਮੂਡ ਖੁਸ਼ ਰੱਖੋ ਚੰਗੇ ਹਸਬੈਂਡ ਬਣੋ ਜ਼ਰੂਰ ਹਾਂਜੀ ਹਾਂਜੀ ਚੰਗੇ ਹਸਬੈਂਡ ਬਣੋ ਸੱਚੀ ਜਿਹੜੇ ਜਿਹੜੇ ਬੰਦੇ ਆਪਦੀਆਂ ਘਰ ਦੀਆਂ ਉਹ ਘੱਟ ਪਿਆਰ ਕਰਦੇ ਆ ਨਾ ਯਾਰ ਥੋੜ੍ਹੇ ਜਿਹੇ ਚੇਂਜ ਹੋਵੋ ਯਾਰ ਅਤੇ ਗੱਲਾਂ ਮਿੱਠੀਆਂ ਸੁਣਾਓ ਤੁਸੀਂ ਸੁਪਰ ਡੂਪਰ ਸਟਾਰ ਹੋਰ ਵੱਡੇ ਬਣੋ ਫਿਰ ਦੁਬਾਰਾ ਜੋ ਤੁਸੀਂ ਨਵੀਂ ਚੀਜ਼ ਕਰੋਗੇ ਫਿਰ ਦੁਬਾਰਾ ਨੈਕਸਟ ਸੈਸ਼ਨ ਦੇ ਪੈਕ ਦੇ ਵਿੱਚ ਜ਼ਰੂਰ ਆਏ ਠੀਕ ਹੈ ਭਾਈ ਥੈਂਕ ਯੂ ਸੋ ਮਚ ਕੀਪ ਇੰਜੋਇੰਗ ਟੈਸ਼ਨ ਦਾ ਪੈਕ